ਜਿਉਂਦਿਆਂ ਦੀ ਜ਼ਿੰਦਗੀ, ਮਰੇ ਦੀਆਂ ਯਾਦਾਂ, ਮਰੇ ਦੀਆਂ ਯਾਦਾਂ ਤਾਂ ਹੁਣ ਤਾਂ ਯਾਦਾਂ ਹੀ ਨੇ, ਰਾਜੇ ਦੀ ਜ਼ਿੰਦਗੀ ਦਾ ਜਦੋਂ ਜਿਉਂਦਾ ਸੀ ਉਦੋਂ ਹੀ ਸੀ ਉਹਦੀ। ਹਾਂ ਇਹ ਬਹੁਤ ਵੱਡੀ ਤੋਪ ਹੈ ਆਲ ਇੰਡੀਆ 'ਚ, ਇਕੱਲੀ ਹੈ ਜਿਹੜੀ, ਇਹ ਇੱਕ ਵਾਰ ਚੱਲੀ ਆ ਇੱਕ ਵਾਰ। ਵੈਲਕਮ ਬੈਕ ਟੂ ਅਨਦਰ ਬਲੌਗ, ਅਤੇ ਅੱਜ ਅਸੀਂ ਚੱਲੇ ਹਾਂ ਜੈਪੁਰ ਨੂੰ ਅਜਮੇਰ ਹੋ ਕੇ, ਅਤੇ ਅੱਜ ਥੋੜ੍ਹਾ ਜਿਹਾ ਲੱਕੀ ਢਿੱਲ ਲੈ ਕੇ, ਇਹਨੇ ਚਾਹ ਨਹੀਂ ਪੀਤੀ, ਮਤਲਬ ਪਿੰਡਾਂ ਦੀ ਚਾਹ ਨਹੀਂ ਪੀਤੀ, ਅਤੇ ਹੋਟਲ ਵਾਲੀ ਤਾਂ ਕਿਹੜੀ ਚਾਹ 'ਚੋਂ ਹੁੰਦੀ ਹੈ, ਤਾਂ ਕਰਕੇ ਬਾਕੀ ਥੋੜ੍ਹੀਆਂ ਜਿਹੀਆਂ ਗੱਡੀਆਂ ਲੇਟ ਹੀ ਉੱਠਦੀਆਂ ਸੀ, ਅੱਜ ਪਹਿਲਾਂ ਉੱਠ ਗਏ, ਇਹ ਆ ਵੱਡੀ ਪ੍ਰਾਪਤੀ ਅੱਜ ਸਾਡੀ, 6-7 ਵਜੇ ਉੱਠ ਗਏ ਹੈ ਨਾ। 2 ਕਿਲੋ ਬੈਕਸ ਆਪਣੇ ਸਿਰ 'ਤੇ ਲਾ ਲਏ, ਵਾਲਾਂ ਦਾ ਹਾਲ ਦੇਖ ਲਓ ਕੀ ਹੈ। ਇੱਧਰ ਕਿਸੇ ਨੇ ਕਣਕ ਲਾਈ ਹੋਈ ਹੈ, ਫਾਰਮ ਹਾਊਸ ਜਾ ਹੈ, ਇੱਥੇ ਵੀ ਸਟੇਅ ਕਰਨ ਵਾਸਤੇ ਹੈ, ਅਤੇ ਸਾਹਮਣੇ ਰਾਜਸਥਾਨ ਦੇ ਪੱਕੇ ਪਹਾੜ ਨੇ, ਦੇਖੋ ਮੋਟੇ ਤੂੰ ਉੱਥੇ ਜਾ ਕੇ ਤਪੱਸਿਆ ਕਰ, ਤੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣਗੀਆਂ। ਚੜ੍ਹਿਆ ਨਹੀਂ ਜਾਣਾ ਯਾਰ, ਮੈਂ ਸੌਖਾ ਹੋਊ। ਮਨੋਕਾਮਨਾ ਦਾ ਪਤਾ ਨਹੀਂ ਮੋਟੇ, ਤਪੱਸਿਆ ਕਰਨਾ ਤੇਰੀਆਂ ਪੂਰੀਆਂ ਹੋਣ ਨਾ ਹੋਣ, ਪਰ ਤੂੰ ਚੜ੍ਹਦਾ ਚੜ੍ਹਦਾ ਪਤਲਾ ਜ਼ਰੂਰ ਹੋ ਜਾਏਗਾ। ਇਹ ਉੱਠਿਆ ਗੇਟ ਖੋਲਿਆ ਨੇ, ਕਹਿੰਦਾ ਗੱਡੀ ਪਰੇ ਕਰਨੀ, ਮੈਂ ਵੀ ਕਰਿਆ, ਮੈਂ ਮੈਂ ਪਿਆਗਾ, ਕਹਿੰਦਾ ਮੈਂ ਵੀ ਨੀਂਦ ਤਾਂ ਤੂੰ ਕਰਿਆ, ਗੇਟ ਤੂੰ ਖੋਲਿਆ ਵੀ ਤੂੰ ਹਜੇ ਨੀਂਦ 'ਚ ਹੀ ਹੈ। ਹਾਂ ਇਹੋ ਜਿਹਾ ਬੰਦਾ ਇੰਨਾ ਸੁਸਤ ਥੋੜ੍ਹਾ ਜਿਹਾ। ਅਤੇ ਅਸੀਂ ਨੇ ਇੱਕ ਹੋਰ ਮਾਹੌਲ ਦੇਖਿਆ, ਗੋਰੇ ਰਾਤ ਨੂੰ ਸੁੱਤੇ ਲੇਟ ਅਤੇ ਜਲਦੀ ਉੱਠ ਕੇ ਕਰਨ ਲੱਗ ਗਏ ਯੋਗਾ। ਅਤੇ ਹਾਂ ਬਾਕੀ ਤੂੰ ਇਹ ਜਿਹੜਾ ਇੱਥੋਂ ਨੁਕਤਾ ਲੈ ਕੇ ਜਾ ਵੀ ਯੋਗਾ ਕਰਨਾ ਹੁਣ ਤੂੰ ਜਾ ਕੇ। ਹਾਂ ਆਰਾਮਦੇਵ ਵਾਲਾ ਯੋਗਾ ਕਰੇ ਨਾ ਕਰੇ, ਪਰ ਗੋਰੇ ਵਾਲਾ ਜ਼ਰੂਰ ਕਰਨਾ, ਠੀਕ ਹੈ। ਮੋਟਾ ਗੱਲ ਕਹਿੰਦਾ ਸੀ ਇਹ ਸਾਰੇ ਪਤਲੇ, ਕਹਿੰਦਾ ਟਿੱਟ ਟੁੱਟ ਕੇ ਇਹਦਾ ਹੈ ਨਹੀਂ, ਇਹਨੂੰ ਸਵੇਰੇ ਰਿਜ਼ਲਟ ਦਿਖਾਇਆ ਵੀ ਤਾਂ ਨਹੀਂ ਡੱਡਾ, ਤੇਰੇ ਵਾਲਾ ਕੰਮ ਨਹੀਂ ਹੈਗਾ, ਰੋਟੀ ਖਾ ਕੇ ਸੌਂਗੇ। ਉਹ ਸਾਈਕਲਿੰਗ ਕਰ ਰਹੇ ਨੇ ਉਰੇ ਪੁਸ਼ਕਰ 'ਚ ਆ ਕੇ ਇੰਡੀਆ 'ਚ, ਸਾਈਕਲ ਚੱਕੀ ਫਿਰਦੇ ਨੇ, ਅਤੇ ਬਹੁਤ ਜ਼ਿਆਦਾ ਲੰਬੀ ਲਾਈਨ ਹੈ, ਮੈਂ ਤੁਹਾਨੂੰ ਦਿਖਾਊਂਗਾ, ਆਹ ਦੇਖੋ ਆਹ ਕਰਦੇ ਨੇ ਫਨ ਦਾ। ਜਿਹੜਾ ਪੁਸ਼ਕਰ ਹੈ ਅਜਮੇਰ ਜ਼ਿਲ੍ਹੇ 'ਚ ਪੈਂਦਾ ਹੈ, ਅਤੇ ਇੱਥੋਂ ਅਜਮੇਰ 15 ਕਿਲੋਮੀਟਰ ਹੈ, ਤਾਪਮਾਨ ਅੱਜ ਬਸ ਘੱਟ ਹੀ ਹੈ, ਮਤਲਬ 20-21 ਹੈ, ਕਿਉਂਕਿ ਠੰਡਾ ਜਿਹਾ ਮੌਸਮ ਹੈ, ਰਾਤ ਬਹੁਤ ਤੇਜ਼ ਹਵਾ ਚੱਲਦੀ ਸੀ ਜਿਹੜੀਆਂ, ਹਾਂ ਟਰਬਾਈਨਾਂ ਲੱਗੀਆਂ ਹੋਈਆਂ ਨੇ ਨਾ ਬਾਈਂਡ ਵਾਲੀਆਂ, ਉਹਦਾ ਵੀ ਇੱਕ ਕਾਰਨ ਹੈ, ਕਿਉਂਕਿ ਇੱਥੇ ਰੋਜ਼ ਹਵਾ ਸਵੇਰੇ ਬਹੁਤ ਜ਼ਿਆਦਾ ਚੱਲਦੀ ਹੈ, ਸਾਨੂੰ 2-3 ਦਿਨ ਹੋ ਗਏ, ਅਤੇ ਹਾਂ ਰਾਤ ਅਤੇ ਸਵੇਰੇ ਹਵਾ ਚੱਲਦੀ ਹੈ, ਦਿਨ 'ਚ ਨਹੀਂ ਹੁੰਦੀ ਨੀ, ਕਿਉਂ ਲੱਕੀ? ਹਾਂ ਬਿਲਕੁਲ ਸਹੀ ਗੱਲ ਆ, ਫਿਰ ਉਹਦੇ ਨਾਲ ਬਿਜਲੀ ਪੈਦਾ ਹੁੰਦੀ ਹੈ, ਫਿਰ ਇਹਨਾਂ ਨੂੰ ਸਰਕਾਰ ਨੂੰ ਮੁਨਾਫਾ ਹੁੰਦਾ ਉਹ ਚੀਜ਼ ਨਾਲ। ਅਨਾਸਰ ਲੇਕ ਹੈ ਅਜਮੇਰ ਦੀ, ਅਤੇ ਬਹੁਤ ਘੈਂਟ ਵਿਊ ਹੈ, ਕਿਉਂਕਿ ਹਜੇ 8:30 ਹੀ ਵੱਜੇ ਨੇ, ਆਹ ਦੇਖੋ ਪਹਾੜੀ ਪਹਾੜ, ਪਾਣੀ ਦੇਖੋ ਕਿੰਨਾ ਨੀਲਾ ਹੈ, ਅਤੇ ਲੱਕੀ ਮੋਟਾ ਫੋਟੋ ਖਿੱਚਣ 'ਤੇ ਲੱਗਿਆ ਪੂਰਾ ਸਟੋਰੀਆਂ ਪਾਉਣ 'ਤੇ। ਬਾਕੀ ਇੱਥੇ ਅਜਮੇਰ ਸ਼ਰੀਫ ਦਰਗਾਹ ਹੈ ਯਾਰ, ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ, ਆਹ ਦੇਖੋ ਬੋਟਾਂ ਖੜੀਆਂ ਨੇ, ਉੱਥੇ ਖਾਣ ਨੂੰ ਰੈਸਟੋਰੈਂਟ ਬਣੇ ਹੋਏ ਨੇ, ਉੱਧਰੋਂ ਟਿਕਟ ਲੈਣੀ ਪੈਂਦੀ ਹੈ, ਅਤੇ ਉੱਥੇ ਫਿਰ ਉਹ ਕਿਸ਼ਤੀ 'ਚ ਲੈ ਜਾਂਦੇ ਨੇ, ਅਤੇ ਉੱਥੇ 1.5 ਘੰਟਾ ਫੋਟੋਆਂ ਖਿੱਚੋ ਖਾਓ ਪੀਓ ਫਿਰ ਆ ਜਾਂਦੇ ਨੇ। ਸ਼ਾਇਦ 50 ਜਾਂ 100 ਰੁਪਇਆ ਟਿਕਟ ਹੈ ਇਹਦੀ, ਬਾਕੀ ਅਸੀਂ ਲੇਟ ਹੋ ਜਾਵਾਂਗੇ ਕਿਉਂਕਿ ਅਸੀਂ ਨੇ ਫਿਰ ਕਿਲੇ ਬੰਦ ਹੋ ਜਾਂਦੇ ਨੇ ਜੈਪੁਰ ਦੇ। ਬਾਕੀ ਮਾਲਵਾ ਦੁਆਬਾ ਰਾਜਸਥਾਨ 'ਚ ਮਸਾਂ ਲੱਭਿਆ ਸਾਨੂੰ ਪੰਜਾਬੀ ਢਾਬਾ, ਪੰਜਾਬੀ ਢਾਬਾ ਕਿਉਂਕਿ ਢਾਬੇ ਵਾਲਿਆਂ ਦੀ ਰੋਟੀ ਘੈਂਟ ਹੁੰਦੀ ਹੈ ਮਿੱਤਰੋ, ਤਾਂ ਕਰਕੇ ਰੈਸਟੋਰੈਂਟਾਂ 'ਚ ਵੀ ਸਵਾਦ ਨਹੀਂ ਆਇਆ ਖਾਣ ਦਾ, ਸਿੰਪਲ ਰੋਟੀ ਅਤੇ ਢਾਬੇ ਵਾਲੀ ਜਿੱਥੇ ਟਰੱਕ ਖੜਦੇ ਹੁਣ ਪੰਜਾਬੀ। ਗੱਲ ਕੀ ਬਿਲਕੁਲ, ਹਾਂ ਇਹ ਤਜਰਬਾ ਹੈ ਸਾਡਾ। ਹਾਂ ਉੱਥੇ ਵਧੀਆ ਰੋਟੀ ਮਿਲਦੀ ਹੈ, ਤਾਜ਼ੀ ਮਿਲਦੀ ਆ, ਹੈ ਨਾ, ਅਤੇ ਦੇਸੀ ਜੀ ਰੋਟੀ ਮਿਲਦੀ ਹੈ ਜਿਹਨੂੰ ਕਹਿੰਦੀ ਆਪਾਂ, ਊਂ ਹੀ ਨਹੀਂ ਹੈਗਾ ਵੀ ਅੱਗ ਸਵਾਹ ਮਸਾਲੇ ਪਾਏ ਪਏ ਹੋਣਗੇ, ਅਤੇ ਸਿੰਪਲ ਬਣਾਉਂਦੇ ਆ, ਇਹਨਾਂ ਨੂੰ ਡਰਾਈਵਰਾਂ ਨੂੰ ਕੋਈ ਤਾਲੁਕਾਤ ਨਹੀਂ ਹੁੰਦਾ ਟਰੱਕ ਵਾਲਿਆਂ ਨੂੰ ਵੀ ਮਸਾਲਿਆਂ ਦਾ, ਅਤੇ ਸਿੰਪਲ ਰੋਟੀ ਬਣਾਉਂਦੇ ਆ, ਹਾਜ਼ਮ ਵੀ ਬੜੀ ਛੇਤੀ ਹੁੰਦੀ ਆ, ਵਧੀਆ ਰੋਟੀ। ਬਾਕੀ ਅੰਗਰੇਜ਼ ਵੀ ਇੰਨੇ ਪਾਗਲ ਨਹੀਂ, ਉੱਥੇ ਅਸੀਂ ਰੈਸਟੋਰੈਂਟ 'ਚ ਖਾਇਆ ਪੁਸ਼ਕਰ, 1,000 ਰੁਪਏ ਦਾ ਬਿੱਲ ਬਣਾ ਤਾ ਉਹਨੇ, ਨਾਲੇ ਐਡਾ ਗੱਲਬਾਤ ਨਹੀਂ ਸੀ ਖਾਣੇ ਦੀ, ਕਿਉਂਕਿ ਸਾਨੂੰ ਪਤਾ ਨਹੀਂ ਸੀ, ਫਿਰ ਅਸੀਂ ਦੇਖਿਆ ਉੱਥੇ ਪੰਜਾਬੀ ਢਾਬਾ ਸੀ, 50 ਰੁਪਈਆਂ ਦੀ ਥਾਲੀ, ਘੈਂਟ ਖਾਣਾ ਸੀ। ਚਲੋ ਕੀ ਐਕਸਪੀਰੀਅੰਸ ਕਿਵੇਂ ਰਿਹਾ ਤੇਰਾ? ਹਾਂ ਕਹਿੰਦੇ ਕੋਈ 50 ਰੁਪਏ ਖਾ ਜੀ ਸਾਡੀ, ਹਾਂ ਰੈਸਟੋਰੈਂਟ ਜੋ ਵੀ ਨਹੀਂ ਖਾਂਦੇ ਜੀ, ਹਾਂ ਆਪਣੀ ਉਮਰ ਦੇ ਮੁੰਡਾ ਜੀ, ਹੋ ਹਾਂ ਹਾਂ ਆਪਣੇ ਵਾਲੇ ਦੇਖ ਕੇ ਫੁਕਰੀਆਂ, ਰੈਸਟੋਰੈਂਟ ਰੈਸਟੋਰੈਂਟ, ਮਤਲਬ ਅੰਗਰੇਜ਼ਾਂ ਕੋਲੇ ਤਾਂ ਵਾਧੂ ਰੁਪਈਏ ਸੀ ਘੁੰਮਣ ਆਏ ਨੇ, ਬਿਲਕੁਲ ਵਾਧੂ ਰੁਪਈਏ ਜੀ। ਹਾਂ
ਆਪਾਂ ਪਹੁੰਚ ਗਏ ਜੈਪੁਰ। ਜੈਪੁਰ ਨੂੰ ਰਾਜਾ ਜੈ ਸਿੰਘ ਨੇ ਵਸਾਇਆ ਸੀ 1799 ਚ, ਤੇ ਉਦੋਂ ਹੀ ਇਹ ਜਿਹੜੀ ਇਹ ਮਾਨਸਾਗਰ ਝੀਲ ਹੈ ਇਹ ਰਾਜੇ ਨੇ ਬਣਾਈ ਸੀ ਵੀ ਸਵਾਦ ਲੈਣ ਨੂੰ, ਮਤਲਬ ਉਰੇ ਘੁੰਮਣ ਘੁੰਮਣ ਨੂੰ। ਗਰਮ ਸਵਾਦ ਦਾ ਬੰਦਾ ਹੀ ਕਹਿੰਦੇ ਥੋੜਾ ਜਿਹਾ ਠੰਡਾ ਰਹਿੰਦਾ ਇਹਦੇ ਨਾਲ। ਤੇ ਇਹਨੂੰ ਮਤਲਬ ਸਮਰ ਝੀਲ ਵੀ ਕਹਿ ਜਾਂਦੇ, ਸਮਰ ਮਤਲਬ ਗਰਮੀਆਂ 'ਚ ਉਰੇ ਆਇਆ ਕਰਦਾ। ਤੇ ਉਹ ਸਾਹਮਣੇ ਜਿਹੜੀ ਬਿਲਡਿੰਗ ਹੈ ਉਹਦੇ 5 ਫਲੋਰ ਸੀ, ਤੇ ਜਦੋਂ 1981 'ਚ ਇੱਥੇ ਆ ਗਏ ਸੀ ਹੜ੍ਹ, ਉਦੋਂ ਸਾਰਾ ਜੈਪੁਰ ਡੁੱਬ ਗਿਆ ਸੀ। ਤਾਂ ਉੱਥੇ ਜਿਹੜੇ 3 ਫਲੋਰ ਨੇ ਉਹ ਪਾਣੀ ਅਤੇ ਰੇਤ ਨਾਲ ਦੱਬ ਗਏ, ਹੈ ਨਾ। ਪਹਿਲਾਂ ਪਾਣੀ ਇੰਨਾ ਨਹੀਂ ਹੋਇਆ ਕਰਦਾ, ਸਿਰਫ 1 ਫਲੋਰ ਪਾਣੀ ਦੇ ਵਿੱਚ ਲੁਕਿਆ ਹੋਇਆ ਹੁੰਦਾ ਸੀ, ਹੁਣ 3 ਫਲੋਰ ਲੁਕੇ ਹੋਏ ਨੇ, 2 ਬਾਰ ਨੇ। ਉਹ ਦੇਖੋ ਜਿਹੜੀ ਉਹ ਸਾਹਮਣੇ ਹੈ, ਠੀਕ ਆ। ਆਹ ਇੱਕ ਆਹ ਕਮਰੇ ਜੇ, ਇੱਕ ਆਹ ਸੀ ਕਾ, ਆਲੇ ਦੁਆਲੇ ਸੈਨਿਕ ਰਿਹਾ ਕਰਦੇ ਜੇ ਵਿਚਾਲੇ, ਮਤਲਬ ਖਾਣਾ ਪੀਣਾ ਬਣਿਆ ਕਰਦਾ ਰਾਜ। ਹੁਣ ਇਹ ਸਿਰਫ ਇੱਕ ਦੇਖਣ ਨੂੰ ਰਹਿ ਗਿਆ ਤੇ ਉਰੇ ਸਫਾਈ ਬਹੁਤ ਘੱਟ ਹੈ ਤੇ ਪੂਰਾ ਮੰਨ ਕੇ ਝੀਲ ਕਹਿ ਦਈਏ ਜਿਹਨੂੰ ਆਪਾਂ ਜਲ ਮਹਿਲ ਵੀ ਕਹਿ ਦਿੰਦੇ, ਪੂਰੀ ਗੰਦਗੀ ਆ, ਪਰ ਇੱਕ ਦੇਖਣ ਯੋਗ ਚੀਜ਼ ਆ, ਘੈਂਟ ਚੀਜ਼ ਆ, ਹੈ ਨਾ। ਜਿਹੜਾ ਰਾਜਾ ਸੀ ਇਹਦੇ ਅੰਦਰ ਜਿਹੜਾ ਮਹਿਲ ਆ, ਜਾਣੀ ਕਿ ਮਹਿਲ ਦੇ ਅੰਦਰ 112 ਰੂਮ ਸੀ, ਇੰਨੇ ਰੂਮ ਉਹ ਕਰਦਾ ਕੀ ਸੀ ਮੈਨੂੰ ਇਹ ਗੱਲ ਸਮਝ 'ਚ ਨਹੀਂ ਆਈ, ਪਰ ਵੱਡੀਆਂ ਗੱਲਾਂ ਸੀ, ਵੱਡਾ ਰਾਜਾ ਸੀ, ਉਹ ਕੁਛ ਵੀ ਕਰ ਸਕਦਾ ਸੀ, ਹੈ ਨਾ। ਅਤੇ ਉਰੇ ਮੁਜ਼ਰਾ ਵੀ ਕਰਾਉਂਦਾ ਸੀ ਜਿਹੜਾ ਉਹ ਦਰਖਤ ਦੀਂਦਾ, ਉੱਥੇ ਮੁਜ਼ਰਾ ਡਾਂਸ ਡੂਂਸ ਵਗੈਰਾ, ਜਿਹਨੂੰ ਆਪਾਂ ਕਈ ਬੰਦੇ ਨੂੰ ਪਤਾ ਨਾ ਜਿਵੇਂ ਆਰਕੈਸਟਰਾ ਦੀਆਂ ਨਚਾਉਣਾ ਕਹਿ ਦਿੰਦੇ ਹਾਂ, ਉਹ ਚੀਜ਼ਾਂ ਕਰਾਉਂਦਾ ਸੀ, ਪੂਰਾ ਸੌਂਕੀ ਕੰਮ ਕਰਦਾ ਸੀ। ਅਤੇ ਆ ਮਤਲਬ ਜਿਹੜਾ ਜਲ ਮਹਿਲ ਹੈ, ਇਹਨੂੰ ਕਿਸੇ ਮਰਜ਼ੀ ਐਂਗਲ ਤੋਂ ਦੇਖ ਲਓ, ਚਾਰੇ ਡਾਇਰੈਕਸ਼ਨਾਂ ਤੋਂ, ਤਾਂ ਇਹ ਸੇਮ ਹੀ ਦਿਖਦਾ, ਕੋਈ ਐਂ ਫਰਕ ਨਹੀਂ। ਇੱਕੋ ਜਿਹਾ ਬਣਾਇਆ ਸੀ ਇਹ, ਤਾਂ ਤੂੰ ਐਂ ਮੰਨ ਲਾ ਵੀ ਅਰਬਾਂ ਉਰਬਾਂ 'ਚ ਲਾਇਆ ਹੋਊ ਰੁਪਈਆ ਉਹ ਟਾਈਮਾਂ 'ਚ, ਹੈ ਨਾ। ਖੁੱਲ੍ਹੇ ਰੁਪਈਏ ਦੀ ਯਾਰ ਰਾਜੇ ਕੋਲ ਨਜ਼ਾਰੇ ਲੈਂਦਾ ਸੀ ਲਾਈਫ ਦੇ, ਪੂਰਾ ਇੰਜੋਏ ਕਰਦੇ ਸੀ ਲਾਈਫ ਨੂੰ। ਬਾਕੀ ਤੁਹਾਨੂੰ ਕਿਲ੍ਹਾ ਦਿਖਾਉਣਾ ਜਿੱਥੇ ਉਹ ਰਹਿੰਦਾ ਸੀ, ਬਾਕੀ ਜਿਵੇਂ ਕਿਲ੍ਹਾ ਵੀ ਆ ਉਹਦਾ, ਕਦੇ ਕਦੇ ਆਉਂਦਾ ਸੀ ਉਰੇ ਤਾਂ। ਇਹ ਤਾਂ ਐਂ ਮੰਨ ਲਾ ਵੀ ਮੋਟਰੀ ਦੀ ਯਾਰ, ਖੇਤ ਵਾਲੀ, ਖੇਤ ਵਾਲੀ ਮੋਟਰੀ ਬਣਾਈ ਹੋਈ ਸੀ, ਮਤਲਬ ਲੋਕਾਂ ਦੇ ਪੈਸੇ ਸੀ, ਰਾਜਾ ਦਾ ਪੱਬਾਂ 'ਤੇ ਨੱਚਦਾ ਸੀ, ਸਿੱਧੀ ਜਿਹੀ ਗੱਲ ਹੈ। ਬਾਕੀ ਇੱਥੇ ਅੰਗਰੇਜ਼ ਅੰਗਰੂ ਜਾਂਦੇ ਰਹਿੰਦੇ ਨੇ, ਤੁਸੀਂ ਦੇਖ ਸਕਦੇ ਹੋ ਲੱਕੀ, ਹੈ ਨਾ। ਇਹ ਪਤਾ ਨਹੀਂ ਉਰੇ ਕੀ ਕਰਨ ਆਏ ਦੇ ਨਜ਼ਾਰਾ, ਹੈ ਨਾ। ਇਹਨਾਂ ਦਾ ਇਹਨਾਂ ਦਾ ਹੱਕ ਨਹੀਂ ਹੈਗਾ, ਕਿਉਂਕਿ ਉਰੇ ਉਰੇ ਜਿਹੜੇ ਹਿਸਾਬ ਨਾਲ ਉਰੇ ਹੁਣ ਗੰਦ ਪਾਇਆ ਪਹਿਲਾਂ ਨੇ ਜੈਪੁਰ ਵਾਲਿਆਂ ਨੇ, ਪੂਰੀ ਧੂਮ ਮਚਾ ਰੱਖਿਆ ਗੰਦ ਵਾਲੀ ਦਾ, ਹੈ ਨਾ। ਪਰ ਦੇਖਣ ਵਾਲੀ ਚੀਜ਼ ਸਫਾਈ ਨਹੀਂ ਹੈਗੀ ਵਿੱਚ, ਸਫਾਈ ਨਹੀਂ ਹੈਗੀ, ਬਿਲਕੁਲ ਸਫਾਈ ਨਹੀਂ। ਤੇ ਬਾਕੀ ਮੈਨੂੰ ਬਹੁਤ ਹੀ ਆਉਂਦੀ ਨਹੀਂ ਅੰਗਰੇਜ਼ੀ, ਨਾਮ ਨੂੰ ਵੀ ਪੁੱਛਣ ਆਉਂਦਾ ਨਹੀਂ, ਬੁਲਾ ਲੈਂਦੇ ਆਪਾਂ ਕੋਈ ਚੱਕਰ ਨਹੀਂ, ਤੁਹਾਨੂੰ ਪਤਾ ਦੱਬਦੇ ਦਾ ਕੰਮ, ਤੁਹਾਨੂੰ ਪਤਾ ਥੋੜਾ ਹੱਥ ਆਪਣਾ ਟਾਈਟ ਹੀ ਆ, ਤਾਂ ਕਰਕੇ ਔਖਾ ਗਾ। ਤੇ ਮੈਨੂੰ ਹੁਣ ਉਰੇ ਐਂ ਲੱਗਦਾ ਮੈਂ ਟੋਬੇ ਦੇ ਕਿਨਾਰੇ ਖੜਾ, ਕੋਈ ਚੀਰ ਚੂਰ ਵਾਲੀ ਤਾਂ ਫੀਲਿੰਗ ਹੈ ਨਹੀਂ, ਕਿਉਂਕਿ ਟੋਬੇ 'ਚ ਜਦੋਂ ਗਰਮੀਆਂ 'ਚ ਉਹ ਹਰਾ ਹਰਾ ਜੰਮ ਜਾਂਦੀ ਹੈ ਕਾਈ, ਸੇਮ ਸੇਮ ਖੁਸ਼ਬੂ ਆ ਰਹੀ ਹੈ, ਹੈ ਨਾ। ਸੇਮ ਜਿਹੜੀ ਆਪਣੇ ਪਿੰਡਾਂ 'ਚ ਹੁੰਦਾ ਟੋਬੇ ਵਾਲਾ ਕੰਮ ਉਹੀ ਹੈ, ਪਰ ਠੀਕ ਆ ਉਸ ਟਾਈਮ ਤੇ ਸਫਾਈ ਸੀ ਜਿਸ ਟਾਈਮ ਰਾਜਾ ਉਰੇ ਰਹਿੰਦਾ ਸੀ, ਪਰ ਹੁਣ ਕੋਈ ਸਫਾਈ ਨਹੀਂ, ਪਰ ਫਿਰ ਵੀ ਲੋਕ ਦੇਖਣ ਆਉਂਦੇ ਆ ਮੇਰੇ ਵਰਗੇ। ਬਾਕੀ ਮੁੱਕਦੀ ਗੱਲ ਹੈ ਦੋਸਤੋ, ਜਿਉਂਦਿਆਂ ਦੀ ਜ਼ਿੰਦਗੀ, ਮਰੇ ਦੀਆਂ ਯਾਦਾਂ, ਮਰੇ ਦੀਆਂ ਯਾਦਾਂ, ਤਾਂ ਹੁਣ ਤਾਂ ਯਾਦਾਂ ਹੀ ਨੇ ਰਾਜੇ ਦੀਆਂ, ਜ਼ਿੰਦਗੀ ਦਾ ਜਦੋਂ ਜਿਉਂਦਾ ਸੀ ਉਦੋਂ ਹੀ ਸੀ ਉਹਦੀ। ਇੱਥੇ ਪੇਂਟਿੰਗਾਂ ਬਹੁਤ ਬਣਾ ਰਹੇ ਨੇ ਜਿਹੜੇ ਫੋਰਨ ਤੋਂ ਆਉਂਦੇ ਨੇ, ਹੈ ਨਾ। ਜਿਵੇਂ ਇੱਥੇ ਨਾਈ ਵਾਲ ਕੱਟ ਰਿਹਾ ਸੀ ਪੇੜ ਹੇਠਾਂ, ਉਹਦੀ ਪੇਂਟਿੰਗ ਬਣਾ ਰਹੀ ਹੈ ਅੰਗਰੇਜ਼ਾਂ ਨੇ, ਅਤੇ ਉਹ ਤੋਂ ਬਾਅਦ ਬੋਤੇ ਖੜ੍ਹੇ ਨੇ ਸਾਹਮਣੇ, ਉਹਦੀ ਪੇਂਟਿੰਗ ਬਣਾਈ ਜਾ ਰਹੀ ਹੈ ਉੱਧਰ ਕਿਲ੍ਹੇ ਦੀ। ਤਾਂ ਇੱਥੇ ਪੇਂਟਿੰਗ ਵਾਲਾ ਸਿਲਸਿਲਾ ਬਹੁਤ ਜ਼ਿਆਦਾ ਹੈ ਮੇਰੇ ਹਿਸਾਬ ਨਾਲ। ਅਸੀਂ ਇਹਨੇ ਗਾਈਡ ਜਿਹਾ ਲੈ ਲਿਆ ਸੀ, ਪਰ ਉਹ ਲੈਣਾ ਨਹੀਂ ਚਾਹੀਦਾ, ਪਤਾ ਕੀ ਹੈ ਜੋਬ 'ਤੇ ਰੱਖੇ ਹੁੰਦੇ ਨੇ, ਪੈਸੇ ਦਿੰਦੇ ਨੇ, ਅਤੇ ਉੱਤੋਂ ਲੋਕਾਂ ਤੋਂ ਪੈਸੇ ਲੈ ਜਾਂਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ। ਲੱਕੀ ਨਾਲ ਪ੍ਰੈਕਟੀਕਲ ਹੋਇਆ, ਲੱਕੀ 2-3 ਵਾਰੀ ਆਇਆ, ਮੈਂ ਤੀਸਰੀ ਵਾਰੀ ਜੈਪੁਰ ਆਇਆ, ਮੇਰੇ ਨਾਲ ਹੋਇਆ 2-3 ਵਾਰੀ, ਤੇ ਸਿਰੇ ਦੇ ਫੁੱਦੂ ਬੰਦੇ ਹੁੰਦੇ ਨੇ 200 ਰੁਪਈਆ ਲੈ ਕੇ ਕਮਿਸ਼ਨ ਕੀਤਾ ਹੁੰਦਾ। ਹਾਂ, ਆਪਾਂ ਨੂੰ ਕਹਿੰਦੇ ਤੁਸੀਂ ਜੇ 50 ਰੁਪਏ ਦੇ ਦਿਓ, ਆਪਾਂ ਕਹਿੰਦੇ ਚਲ ਠੀਕ ਆ, 50 ਰੁਪਏ ਕੀ ਮਾੜਿਆ, ਕੀ ਹੁੰਦਾ, ਨਾਲੇ ਜਾਣਕਾਰੀ ਮਿਲਜੂ ਕੁਛ, ਤਾਂ ਇਹ ਗੱਪ ਮਾਰਦੇ ਹੁੰਦੇ, ਇਹਦੀ ਗੱਲ ਸਰਚ ਕਰਕੇ ਦੇਖ ਲਈ ਚਾਹੇ, ਕੁਛ ਗੱਲਾਂ ਗੱਪ ਬਣਾਈਆਂ ਹੁੰਦੀਆਂ ਨੇ ਇਹਨਾਂ ਦੀਆਂ। ਕੱਪੜੇ ਵਾਲੇ ਦੁਕਾਨਾਂ ਲੈ ਜਾਂਦੇ ਇੱਥੇ, ਰਜਾਈਆਂ ਲੈ ਲਓ, ਆਪਾਂ ਨੂੰ ਦਿਖਾਈ ਜਾਂਦੇ ਰਹਿੰਦੇ, ਜੇ ਨਾਲ ਬੁੜੀਆਂ ਹੁਣ ਬੁੜੀਆਂ ਕਿੱਥੇ ਤੁਹਾਨੂੰ ਪਤਾ ਕੱਪੜੇ ਦਿਖਾ ਜੋ ਨਿਕਲਦੇ ਆ, ਲੈ ਰਜਾਈਆਂ ਲੈ ਕੇ ਹੀ ਆਉਣਗੀਆਂ, ਗਰੰਟੀ ਹੈ। ਤੇ ਤਾਂ ਕਰਕੇ ਅਸੀਂ ਨੇ ਤਾਰਤਾ, ਬੁੜੀਆਂ ਮੰਨਦੀਆਂ ਨੀ ਨਾ ਕਿਸੇ ਦੀ, ਨੀ ਕਿਸੇ ਦੀ ਨੀ ਮੰਨਦੀਆਂ ਬੁੜੀਆਂ। ਅਸੀਂ ਬਹੁਤ ਵਾਰੀ ਸਮਝਾਇਆ, ਇਹ ਬੁੜੀਆਂ ਦੀ ਆਦਤ ਹੁੰਦੀ ਹੈ, ਚਲੋ ਕੋਈ ਨਾ, ਮੇਰੀਆਂ ਭੈਣੀ ਨੇ ਸਾਰੀਆਂ, ਤੇ ਗੁੱਸਾ ਵੀ ਨਾ ਕਰ ਜਿਓ, ਤੇ ਕਿਤੇ ਗੰਦੇ ਕਮੈਂਟ ਕਰੀਓ, ਥੱਲੇ ਜਾਂ ਮੋਟਿਆ ਜਿਹਾ ਕੀ ਕਹੀ ਜਾਂਦਾ। ਤੇ ਤਾਂ ਕਰਕੇ ਇਹ ਜਿਹੜੇ ਬੰਦੇ ਨੇ ਨਾ, ਇਹ ਗਾਈਡ ਨਹੀਂ ਆਪਾਂ ਨੂੰ ਲੈਣਾ ਚਾਹੀਦਾ, ਸਿਰੇ ਦੇ ਯਾਰ ਫੁੱਦੂ ਬੰਦੇ ਨੇ। ਅਸੀਂ ਜਦੋਂ ਪਹਿਲੀ ਵਾਰੀ ਆਏ 200 ਰੁਪਏ 'ਚ ਕਰ ਲਿਆ, ਉਹਨੇ ਸਾਨੂੰ ਘੁਮਾਇਆ ਫਿਰ ਬਾਜ਼ਾਰ 'ਚ ਉਹਦਾ ਕਮਿਸ਼ਨ ਦੀ, ਉਸ ਤੋਂ ਬਾਅਦ ਭਾਈ ਸਮੋਸੇ ਖਾਣੇ, ਹੁਣ ਸਮੋਸੇ ਵਾਲੀ ਚਾਹ, ਉਹਦੇ ਉਹ ਸਾਨੂੰ ਕਹਿੰਦਾ ਵੀ ਤੁਸੀਂ ਕਿਲੇ 'ਤੇ ਜਾਇਆ, ਉਹ ਕਹਿੰਦਾ ਵੀ ਮੈਂ ਤੁਹਾਨੂੰ ਆ ਕੇ ਮਿਲਦਾਗਾ।
ਤੇ ਵੀ ਤੁਹਾਨੂੰ ਟਾਈਮ ਲੱਗੂ, ਅਸੀਂ ਤਾਂ ਉਹ ਤੋਂ ਡਰੀਏ ਵੀ ਅਸੀਂ ਤਾਂ 200 ਰੁਪਇਆ ਦੇਣਾ ਵੀ ਆਪਾਂ ਨੂੰ ਲੋੜ ਹੀ ਨਹੀਂ ਮਿਲਣ ਦੀ, ਉਹ ਸੱਤੋਂ ਡਰੇ ਕਿਉਂ ਸਮਾਨ ਤਾਂ ਉਹਨੇ ਸਾਨੂੰ, ਅਸੀਂ ਤਾਂ 7 ਜਣੇ ਦੀ ਰਜਾਈਆਂ ਰਜੂਈਆਂ ਲੈ ਲਓ 7 ਰਜਾਈਆਂ ਲਾ ਲਈਆਂ ਤਾਂ 15,000 ਰੁਪਇਆ 20,000 ਰੁਪਇਆ ਡਾ ਤਾ 7 ਜਣਿਆਂ ਨੇ, ਉਹਨੂੰ ਤਾਂ ਦਿਹਾੜੀ ਬਣ ਗਈ ਸੀ 2,000, ਉਹ ਸਾਡੇ 200 ਦੀ ਢੂਹ ਮਾਰਦਾ, ਅਸੀਂ ਉਹ ਤੋਂ ਡਰੀਏ ਉਹ 7 ਡਰੇ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਵੀ ਉਹ ਗਾਈਡ ਨਾ ਲਿਆ ਕਰੋ, ਉਹ ਸਿਰੇ ਦੇ ਫੁੱਦੂ ਬੰਦੇ ਹੁੰਦੇ ਨੇ, ਪੂਰਾ ਫੁੱਦੂ ਬਣਾਉਂਦੇ ਨੇ। ਅਤੇ ਇਹ ਜੈਗੜ੍ਹ ਕਿਲ੍ਹਾ ਹੈ ਰਾਜਸਥਾਨ ਦਾ, ਮਤਲਬ ਜੈਪੁਰ 'ਚ। ਇੱਥੇ ਇੱਕ ਤੋਪ ਜੀ ਹੈ ਬੜੀ ਮਸ਼ਹੂਰ ਹੈ ਰਾਜੇ ਦੀ, ਜਿਹਨੇ ਜਮਾਂ ਪਹਾੜ ਦੇ ਉੱਪਰ ਲਾਈ ਹੋਈ ਸੀ, ਕਿਲ੍ਹਾ ਵੀ ਬਹੁਤ ਹਾਈਟ ਦੇ ਹੈ। ਬਸ ਦੇਖਣ ਵਾਸਤੇ ਰੱਖੀ ਹੋਈ ਹੈ, ਉਹਦਾ ਨਾਮ ਹੈ ਜੈਵਾਨ ਤੋਪ, ਕਿੰਨਾ ਵੱਡਾ ਨਾਮ ਹੈ, ਮੋਟੇ ਦੇ ਢਿੱਡ ਵਰਗਾ ਤਾਂ ਨਾਮ ਹੈ ਤੋਪ ਦਾ। ਉਹ ਸਾਹਮਣੇ ਤੋਪ ਹੈ ਪੂਰੀ ਢੱਕ ਕੇ ਰੱਖੀ ਹੋਈ ਹੈ, ਗੱਡੀ ਵੀ ਜਾਂਦੀ ਹੈ ਪਰ ਗੱਡੀ ਦੀ ਟਿਕਟ ਹੈ 100 ਰੁਪਇਆ, ਕਿਉਂਕਿ ਤੋਪ ਨਾਲ ਹੀ ਸਾਰਾ ਕੁਝ ਚੱਲਦਾ ਹੈ। ਤੋਪ ਦੀ ਹਰ ਬੰਦੇ ਦੀ ਜ਼ਿੰਦਗੀ 'ਚ ਅਹਿਮੀਅਤ ਹੁੰਦੀ ਹੈ, ਚਾਹੇ ਜਜ਼ਬਾਤਾਂ ਦੀ ਤੋਪ ਹੋਵੇ, ਚਾਹੇ ਗੱਲਾਂ ਬਾਤਾਂ ਦੀ ਤੋਪ ਹੋਵੇ, ਲੜਨ ਲਈ ਹਥਿਆਰ ਵਾਲੀ ਤੋਪ ਹੋਵੇ। ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਇਹ ਤੋਪ ਇੰਨੀ ਉੱਪਰ ਚੜਾਈ ਕਿਵੇਂ ਹੋਣੀ, 5 ਕਿਲੋਮੀਟਰ ਦੂਰ ਆ, ਪਤਾ ਨਹੀਂ ਕਿੰਨੇ ਕਹਾ ਘੱਟ। ਮੈਂ ਜਿਸ ਹਿਸਾਬ ਲਾਇਆ ਵੀ ਪਹਿਲਾਂ ਜਿਹੜੀ ਇਹ ਤੋਪ ਆ ਇਹ ਪੂਰੇ 3 ਅਰਬ ਦੀ ਬਣੀ ਹੋਈ, 3,000 ਅਰਬ। ਅੱਛਾ ਹਾਂ, ਬਣੀ ਹੋਣੀ। ਤੇ ਜਿਹੜਾ ਇਹ ਕਰੇਨਾ ਨੇ ਉਹ ਸਪੈਸ਼ਲ ਅਮਰੀਕਾ ਤੋਂ ਆਈਆਂ ਹੋਣੀਆਂ। ਕਰੇਨਾ ਉਦੋਂ ਕਿਹੜੀਆਂ ਕਰੇਨਾ ਹੁੰਦੀਆਂ, ਘੋੜੇ ਘਾੜੇ ਹੁੰਦੇ ਉਹ ਅਮਰੀਕਾ 'ਚ ਤਾਂ ਹੁੰਦੀਆਂ ਹੀ। ਅੱਛਾ ਅੱਛਾ ਠੀਕ, ਤੈਨੂੰ ਯਾਰ ਉਹੀ ਤੈਨੂੰ ਪਤਾ ਨਹੀਂ ਚੀਜ਼ਾਂ ਬਾਰੇ, ਕਿਉਂਕਿ ਤੂੰ ਉੱਧਰ ਤੋਂ ਆਇਆ ਨਾ, ਮੈਂ ਭੁੱਲ ਜਾਂਦਾ। ਮੈਂ ਉੱਧਰ ਰਹਿੰਦਾ ਰਿਹਾ, ਪਹਿਲਾਂ ਦੱਸਦੇ ਹੁੰਦੇ ਆ ਡੈਡੀ ਹੁਣੀ, ਤਾਂ ਦਾਦਾ ਜੀ ਵੀ ਉੱਥੇ ਸੀ ਅਮਰੀਕਾ 'ਚ। ਠੀਕ ਹੈ ਨਾ, ਅਤੇ ਉੱਥੋਂ ਤਾਂ ਕਰਕੇ ਇਹ ਉਦੋਂ ਉੱਥੋਂ ਲਿਆਈ ਆ ਕਰੇਨਾ ਨਾਲ ਚੜ੍ਹਾਈ ਹੋਰੇ। ਬਾਕੀ ਇੱਕ ਜਹਾਜ਼ ਵੀ ਆਉਂਦਾ, ਉਹ ਸਿੱਧਾ ਚੁੰਬਕ ਨਾਲ ਚੱਕ ਲੈਂਦਾ ਚੀਜ਼ ਨੂੰ, ਕਿਸੇ ਮਰਜ਼ੀ ਛੱਡਣੀ ਪਏ ਚੀਜ਼। ਬਾਕੀ ਤੋਪ ਬਹੁਤ ਜ਼ਿਆਦਾ ਨਿੱਗਰ ਹੈ ਇਹਦੇ ਵਾਂਗੂ ਹੀ, ਠੀਕ ਹੈ, ਤੁਸੀਂ ਦੇਖੀਏ ਹੈ, ਬਾਲੀ ਵੱਡੀ ਆ, ਵੱਡੀ ਹੈ, ਕੋਠੀ ਜਿਹਾ ਟਾਇਰ ਆ ਕੋਠੇ ਜਿੱਡਾ। ਹਾਂ, ਆਡੀਟੋਰੀਅਮ ਹੈ ਇੱਥੇ, ਰਾਬੜਾਂ ਰੁਬੜਾਂ ਰੱਖੀਆਂ ਗਈਆਂ ਨੇ। ਮੈਂ ਪਹਿਲਾਂ ਕਿਹੜੇ ਹਥਿਆਰ ਹਥੂਰ ਵਰਤਿਆ ਕਰਦਾ ਰਾਜਾ, ਰਾਜੇ ਦੇ ਕਿਲ੍ਹੇ ਦੇ ਵਿੱਚ ਹੀ ਰੱਖੇ ਗਏ ਨੇ। ਰਾਬੜਾਂ ਦੇਖੋ ਕਿੰਨੀਆਂ ਲੰਬੀਆਂ ਲੰਬੀਆਂ ਸੀ, ਰਾਬੜਾਂ ਦੇਖੋ ਦੇਖੋ, ਤੋਪਾਂ ਅੱਗੇ ਉੱਧਰ ਤੋਪ ਵੀ ਪਈ ਹੈ, ਜਿਵੇਂ ਪਹਿਲਾਂ ਦੱਸਿਆ ਇਹਨਾਂ ਨੇ ਬਣਾ ਕੇ ਰੱਖਿਆ ਸਾਰਾ ਸਮਾਨ। ਆਹ ਦੇਖੋ ਤੋਪ ਕੜਕ ਵੀ ਦੇ ਲਈ, ਇਹ ਨਗਾਰੇ ਨੇ ਇਹਨਾਂ ਦੇ। ਜਦੋਂ ਕੋਈ ਇਹਨਾਂ ਦੇ ਲਾਊਡ ਹੁੰਦਾ ਸੀ, ਰਾਜਾ ਕੁਛ ਕਹਿੰਦਾ ਸੀ, ਤਾਂ ਜਿਹੜੇ ਉਹਦੇ ਸੈਨਿਕ ਕੁਛ ਵੀ ਕੋਈ ਵੀ ਹੈ ਨਾ ਕੰਮ ਕਰਦੇ ਸੀ ਥੱਲੇ, ਜਦੋਂ ਵਜਾਉਂਦੇ ਸੀ ਤਾਂ ਉਹ ਸਾਰੇ ਜਾਣੇ ਇਕੱਠੇ ਹੋ ਜਾਂਦੇ ਸੀ, ਕਿਉਂ ਉਦੋਂ ਕਿਹੜਾ ਫੋਨ ਹੁੰਦੇ ਸੀ, ਉਦੋਂ ਤੱਕ ਹਮ ਇੱਦਾਂ ਹੀ ਚੱਲਦਾ ਸੀ। ਮਿੱਤਰੋ, ਰਾਜੇ ਕਿਹੜਾ ਕਰਦੇ ਸੀ ਮਿਹਨਤ, ਵਿਚਾਰੇ ਗੱਲਾਂ ਬਣਾ ਕੇ ਰੱਖੇ ਹੋਏ ਸੀ, ਸੈਨਿਕ ਸੈਨਿਕ ਜਾਂ ਮੋਟੇ, ਮਤਲਬ ਲੋਕਾਂ ਦਾ ਪੈਸਾ ਸੀ। ਰਾਜੇ ਤਾਂ ਨੱਚਣ ਵਾਲੇ ਸੀ, ਮਹਿਲ ਬਣਾਉਣ ਵਾਲੇ ਸੀ, ਉਦੋਂ ਕਿਹੜਾ ਉਹ ਮਤਲਬ ਪੈਸੇ ਪੂਸੇ ਦਿੰਦੇ ਸੀ ਕੰਮ ਕਰਾਉਣ ਦੇ, ਐਂ ਲੋਕ ਸੀ ਵਿਚਾਰੇ ਰੋਟੀ ਰਾਟੀ ਖਵਾ ਦਿੰਦੇ ਸੀ ਬਣਾ ਕੇ, ਤਾਂ ਕਰਕੇ ਜਿਹੜੀਆਂ ਮਹਿਲ ਮੁਨਿਆਰੇ ਖੜ੍ਹੇ ਕਰਕੇ ਨੇ।